ਤੁਸੀਂ ਸਕਰੀਨ ਤੇ HMT 6911 ਟਰੈਕਟਰ ਦੇਖ ਰਹੇ ਆ ਜੀ 1999 ਮਾਡਲ ਆ 1999 ਮਾਡਲ ਇਹ ਟਰੈਕਟਰ ਵਿਕਾਊਗਾ ਹੁਣ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਪਹਿਲੇ ਕਰਦਾ ਪਹਿਲੇ ਨਾਮ ਟਰੈਕਟਰ ਆ ਜੀ ਚੈਪ ਵਾਲੀ ਕਾਪੀ ਆ ਤੁਹਾਡੇ ਨਾਮ ਵੀ ਹੋ ਜਾਊਗਾ ਇਹ ਟਰੈਕਟਰ ਤੇ ਟਰੈਕਟਰ ਇੰਜਨ ਗੇਅਰ ਦਾ ਜਮਾ ਓਕੇ ਆ ਇੰਜਨ ਗੇਅਰ ਦਾ ਜਮਾ ਓਕੇ ਆ ਬਾਕੀ ਟਰੈਕਟਰ ਦੀ ਪਾਸਿੰਗ ਪੂਸਿੰਗ ਸਾਰਾ ਕੁਝ ਕਾਗਜ਼ ਪੱਤਰ ਪੂਰੇ ਆ ਤੇ ਮਾਲਕ ਦਾ ਆਧਾਰ ਕਾਰਡ ਸਾਰੇ ਕਾਗਜ਼ ਮਿਲਣਗੇ ਜਿਹੜਾ ਵੀ ਕੋਈ ਲਊਗਾ ਇਸ ਟਰੈਕਟਰ ਨੂੰ ਸਾਰੇ ਕਾਗਜ਼ ਪੱਤਰ ਪੂਰੇ ਮਿਲਣਗੇ ਤੁਸੀਂ ਇਹ ਟਰੈਕਟਰ ਨੂੰ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਟਰੈਕਟਰ ਵਿੱਚ ਕੋਈ ਕਮੀ ਨਹੀਂ ਪੂਰਾ ਰੱਜ ਕੇ ਸੁਨੱਖਾ ਟਰੈਕਟਰ ਬਾਕੀ ਤੇ ਮਗਰਾੜ ਮਗਰੂੜ ਕਿਤੋਂ ਨਹੀਂ ਗਲੇ ਰਿਮ ਚਾਰੇ ਰੀਜਨਲ ਆ ਨਾ ਹੀ ਕਿਤੋਂ ਨਲਕੀਆਂ ਗਲੀਆਂ ਹਜੇ ਤੱਕ ਰਿਮਾਂ ਦੀਆਂ ਨਲਕੀਆਂ ਵੀ ਨਾਲ ਦੀਆਂ ਅਤੇ ਟਰੈਕਟਰ ਜਮ੍ਹਾਂ ਤੇਲ ਖਰਚਾ ਵੀ ਦੱਸੀਏ ਤਾਂ ਜਮ੍ਹਾਂ ਤੇਲ ਖਰਚਾ ਕਿਉਂਕਿ ਡੀਜ਼ਲ ਪੰਪ ਜਮ੍ਹਾਂ ਓਕੇ ਆ ਜੀ ਡੀਜ਼ਲ ਪੰਪ ਜਮ੍ਹਾਂ ਓਕੇ ਆ ਅਤੇ ਟਰੈਕਟਰ ਤੁਹਾਨੂੰ ਵੇਖਣ ਆਉਣਾ ਪਊਗਾ ਪਿੰਡ ਮਾਨੀ ਸਿੰਘ ਵਾਲਾ ਸਿੰਘ ਵਾਲੇ ਉੱਥੇ ਤੁਸੀਂ ਇਹ ਟਰੈਕਟਰ ਵਾਹ ਕੇ ਚਲਾ ਕੇ ਚੈੱਕ ਖਰੀਦ ਸਕਦੇ ਹਾਂ ਏਰੀਆ ਫਰੀਦਕੋਟ ਅਤੇ ਮਾਲਕ ਦਾ ਮੋਬਾਈਲ ਨੰਬਰ ਹੈਗਾ ਜੀ 9300706300 'ਤੇ ਸੰਪਰਕ ਕਰਕੇ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਹਾਂ ਬਾਕੀ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਬਾਹਰ ਲਿਜਾਣਾ ਹੁੰਦਾ ਟਰੈਕਟਰ ਬਾਹਰ ਲਿਜਾਣ ਵਾਸਤੇ ਡਿਮਾਂਡ ਆਉਂਦੀ ਆ ਜਾਂ ਕਿਸੇ ਨੇ ਨਾਮ ਕਰਾਉਣ ਵਾਲੇ ਟਰੈਕਟਰ ਲੈਂਦੇ ਆ ਅਤੇ ਇਹ ਟਰੈਕਟਰ ਤੁਹਾਡੇ ਪਹਿਲੀਆਂ 'ਚ ਜਾਣ ਕੇ ਸੌਖਾ ਹੀ ਨਾ ਹੋ ਜਾਣਾ ਕੋਈ ਬਾਹਲਾ ਖਰਚਾ ਨਹੀਂ ਆਉਣਾ ਰੁਪਈਆ 2000 ਹੀ ਲੱਗੂਗਾ ਅਤੇ ਟਰੈਕਟਰ ਤੁਹਾਡੇ ਨਾ ਹੋ ਜਾਣਾ ਜੀ ਇਹ ਅਤੇ ਟਰੈਕਟਰ ਦੀ ਹੁਣ ਆਪਾਂ ਡਿਮਾਂਡ ਦੀ ਗੱਲ ਕਰੀਏ 1999 ਮਾਡਲ ਟਰੈਕਟਰ ਆ ਇਹਦੀ ਡਿਮਾਂਡ ਹੈਗੀ ਆ ਜੀ 2,30,000 ਰੁਪਈਆ 2,30,000 ਰੁਪਈਆ ਡਿਮਾਂਡ ਆ 99 ਮਾਡਲ ਆ ਬਾਕੀ ਇਹਦੇ 'ਚ ਵੀ ਬਾਈਕ ਹੀ ਇਹਦਾ ਮੌਕੇ 'ਤੇ ਮਾਨ ਤਾਨ ਹੋ ਜੂਗਾ ਵੀਡੀਓ ਨੂੰ ਸ਼ੇਅਰ ਕਰਕੇ ਆ ਜਿਓ ਅਤੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਜੀ ਇੱਕ ਵਾਰੀ ਫੇਰ ਦੱਸ ਦਈਏ ਪਿੰਡ ਹੈਗਾ ਬਾਈ ਦਾ ਮਾਨੀ ਸਿੰਘ ਵਾਲਾ ਏਰੀਏ ਨੇੜੇ ਸਾਦਕਾ ਜ਼ਿਲ੍ਹਾ ਫਰੀਦਕੋਟ ਉੱਥੇ ਤੁਸੀਂ ਆ ਕੇ ਇਹ ਟਰੈਕਟਰ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹਾਂ ਜੀ ਮਿਲਦੇ ਹਾਂ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਤਦ ਤੱਕ ਧੰਨਵਾਦ।